ਦੀ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੂੰ ਵਿਦਰਾਅ ਕਰਕੇ ਆਸ਼ਾ ਕੁਮਾਰੀ ਨੂੰ ਇੱਥੇ ਲਾਇਆ ਗਿਆ। ਆਪ ਕਾਂਗਰਸ ਨੇ ਮੰਨਿਆ ਕਿ ਹਾਂ ਉਹਦਾ 84 'ਤੇ ਹੱਥ ਹੈ। ਇੰਡੀਪੈਂਡੈਂਟ ਜਰਨਲਿਸਟ ਤੁਹਾਡੇ ਵਰਗੇ ਪੱਤਰਕਾਰ ਜਿਨ੍ਹਾਂ ਨੇ ਅੱਖੀ ਵੇਖਿਆ ਉਹਦਾ ਉਹਦਾ ਹਾਲ ਸੀ, ਜਿਹੜੇ ਕਹਿੰਦੇ ਤਿੰਨ ਦਿਨ ਫੌਜ ਨੂੰ ਆਉਣ ਨਹੀਂ ਦਿੱਤਾ, ਰਕਾਬਗੰਜ ਗੁਰਦੁਆਰਾ ਸਾਹਿਬ ਦੇ ਅੱਗੇ ਆਪ ਇਹ ਮੌਪ ਨੂੰ ਕਮਲਨਾਥ ਲੀਡ ਕਰਦੇ ਸਨ। ਜਿਸ ਇਨਸਾਨ ਦੇ ਉੱਤੇ ਇਨਸਾਨੀਅਤ ਦਾ, ਖੂਨ ਖਰਾਬੇ ਦਾ, ਐਡੇ ਵੱਡੇ ਜੈਨੋਸਾਈਡ ਦਾ, ਕਤਲੇ ਆਮ ਦਾ, ਜਿਹਦੇ ਹੱਥ ਖੂਨ ਨਾਲ ਰੰਗੇ ਹੋਣ, ਅੱਜ ਕਾਂਗਰਸ ਪਾਰਟੀ ਨੂੰ ਉਹਨੂੰ ਨਵਾਜਿਆ ਅਤੇ ਇਹਨਾਂ ਦੇ ਮੰਤਰੀ ਕੀ ਕਹਿੰਦੇ ਆ? ਮੈਂ ਸੁੱਖੀ ਰੰਧਾਵਾ ਦੀ ਕੱਲ੍ਹ ਗੱਲ ਸੁਣ ਰਿਹਾ ਸੀ, ਕਹਿੰਦੇ ਜੀ ਕਾਂਗਰਸ ਦਾ ਹਾਈਕਮਾਂਡ ਦਾ ਫੈਸਲਾ ਸਾਡੇ ਲਈ ਸਭ ਤੋਂ ਉੱਤੇ। ਮਤਲਬ ਕਿ ਕੇਸ ਗੁਰਸਿੱਖ ਨਾਲ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿਟੇਰੀ ਕਰਨ ਵਾਲੀ ਕਾਂਗਰਸ, ਗੁਰੂ ਸਾਹਿਬ ਦੀ ਬੇਅਦ ਵੀ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਰਨ ਵਾਲੀ ਕਾਂਗਰਸ, ਉਹਦਾ ਫੈਸਲਾ ਸਭ ਤੋਂ ਉੱਤੇ, ਮਗਰ ਇਨਸਾਫ਼ ਕਿਸੇ ਨੂੰ ਪਹਿਲ ਕੋਈ ਨਹੀਂ। ਅੱਜ ਇਹ ਗੱਲ ਸਿੱਧ ਕਰਤੀ, ਉਹੀ ਸੋਚ ਜੋ ਸੰਤੋਖ ਸਿੰਘ ਰੰਧਾਵੇ ਦੀ ਸੀ ਇਹਨਾਂ ਦੇ ਮੰਤਰੀ ਨੇ ਨਿਭਾਈ, ਇਹਨਾਂ ਦੇ ਬਜ਼ੁਰਗਾਂ ਲਈ ਸੁੱਖੀ ਰੰਧਾਵੇ ਦੇ, ਕਿ ਇੰਦਰਾ ਗਾਂਧੀ ਦੇ ਅਟੈਕ ਨੂੰ 84 ਸ਼੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਨੂੰ ਪਹਿਲਾਂ ਵੈਲਕਮ ਕੀਤਾ, ਫਿਰ ਜਸਟੀਫਾਈ ਕੀਤਾ ਅਤੇ ਧੰਨਵਾਦ ਕੀਤਾ। ਅੱਜ ਕਮਲਨਾਥ ਦੇ ਫੈਸਲੇ ਨੂੰ ਵੀ ਉਹਨਾਂ ਦਾ ਲੜਕਾ ਹੋਣਹਾਰ ਸਪੁੱਤਰ ਸੰਤੋਖ ਸਿੰਘ ਰੰਧਾਵੇ ਦੇ ਨਕਸ਼ੇ ਕਦਮ 'ਤੇ ਚੱਲਦਿਆਂ, ਜਿਸ ਜੈਨੋਸਾਈਡ ਬਾਰੇ ਵੱਖ ਵੱਖ ਇੰਟਰਨੈਸ਼ਨਲ ਗਵਰਨਮੈਂਟਸ ਨੇ, ਕੈਨੇਡਾ ਦੀ ਨੇ, ਅਮੈਰੀਕਾ ਨੇ, UK 'ਚ ਜਿੱਥੇ ਕੰਡੈਮ ਕੀਤਾ ਕਿ ਇਹ ਪਲੈਂਡ ਜੈਨੋਸਾਈਡ ਸੀ, ਕਾਂਗਰਸ ਨੇ ਕੀਤਾ, ਜਿੱਥੇ ਨਾਅਰੇ ਲੱਗਦੇ ਸਨ ਰਾਜੀਵ ਗਾਂਧੀ ਦੀ ਹਾਜ਼ਰੀ 'ਚ ਕਿ ਬੱਚਾ ਸਰਦਾਰ ਦਾ, ਦੇਸ਼ ਕੇ ਗੱਦਾਰ ਕਾ, ਬੜਾ ਦਰਖਤ ਗਿਰਤਾ ਹੈ ਤੋ ਧਰਤੀ ਹਿਲਤੀ ਹੈ। ਉਸ ਜਗ੍ਹਾ ਜੈਨੋਸਾਈਡ ਵਿਕਟਮਸ ਨਾਲ ਖਲੋਣ ਦੀ ਜਗ੍ਹਾ, ਆਪਣੇ ਭਰਾ ਭੈਣਾਂ ਨਾਲ ਖਲੋਣ ਦੀ ਜਗ੍ਹਾ, ਅੱਜ ਕਮਲਨਾਥ ਦੇ ਐਕਸ਼ਨ ਨੂੰ ਵੀ ਜਸਟੀਫਾਈ ਕਰ ਰਿਹਾ, ਵੈਲਕਮ ਕਰ ਰਿਹਾ ਕਾਂਗਰਸੀ ਅਤੇ ਧੰਨਵਾਦ ਕਰ ਰਿਹਾ। ਇਹਨਾਂ ਦਾ ਅਸਲੀ ਚਿਹਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ, ਗੁਰੂ ਦੇ ਸਿੱਖ ਪ੍ਰਤੀ ਅਤੇ ਸ਼੍ਰੀ ਹਰਿਮੰਦਰ ਸਾਹਿਬ ਪ੍ਰਤੀ ਇਹਨਾਂ ਦਾ ਅਸਲੀ ਚਿਹਰਾ ਅੱਜ ਬੇਨਕਾਬ ਹੋ ਗਿਆ ਵਿਧਾਨ ਸਭਾ। ਅਸੀਂ ਅੱਜ ਗੱਲ ਐਡਜਰਮੈਂਟ ਮੋਸ਼ਨ ਲੈ ਕੇ ਆਏ ਸਾਂ, ਕਿਉਂਕਿ ਪਿਛਲੇ ਵਿਧਾਨ ਸਭਾ 'ਚ ਸੈਸ਼ਨ 'ਚ ਤੁਹਾਨੂੰ ਯਾਦ ਹੋਊਗਾ ਜਿਹੜਾ 65 ਜਾਂ 63 ਸੀ ਇੱਕ ਕਲੋਜ਼ ਹੈ ਕੋਆਪਰੇਟਿਵ ਦਾ, ਕੁਰਕੀ ਦਾ, ਕਿ ਉਹ ਖਤਮ ਕਰਤਾ ਗਿਆ। CM ਸਾਹਿਬ ਨੇ ਜਵਾਬ 'ਚ ਕਿਹਾ ਅਤੇ ਅੱਜ ਉਹਨਾਂ ਦੇ ਮੰਤਰੀ ਵੀ ਮੰਨ ਗਏ ਕਿ ਉਹ ਖਤਮ ਨਹੀਂ ਹੋਇਆ। 400 ਤੋਂ ਵੱਧ ਕਿਸਾਨਾਂ ਦੀ ਕੁਰਕੀ ਹੋ ਗਈ ਆ, ਖੁਦਕੁਸ਼ੀ ਰੁਕ ਨਹੀਂ ਰਹੀ, ਅਤੇ ਰਾਹੁਲ ਗਾਂਧੀ ਬੈਠੇ ਦਿੱਲੀ 'ਚ ਕਹਿ ਰਹੇ ਆ ਕਿ ਸਰਕਾਰ ਸਾਡੇ 3 ਸੂਬਿਆਂ 'ਚ ਬਣੀ, ਉਹਦਾ ਬਣਨ ਦਾ ਕਾਰਨ ਬਣਿਆ ਕਿਸਾਨੀ ਖੁਦਕੁਸ਼ੀ, ਮਤਲਬ ਕਿਸਾਨ ਡਿਸਟ੍ਰੈਸ, ਨੌਕਰੀ ਨੌਜਵਾਨਾਂ ਦੀ ਅਤੇ ਕਰਪਸ਼ਨ। ਅਤੇ ਇੱਥੇ ਤਾਂ ਪੰਜਾਬ 'ਚ ਜਿੱਥੇ ਇਹਨਾਂ ਦੀ ਸਭ ਤੋਂ ਪਹਿਲਾਂ ਸਰਕਾਰ ਬਣੀ ਸੀ ਉੱਥੇ ਤਾਂ ਨਾ ਖੁਦਕੁਸ਼ੀ ਰੁਕ ਰਹੀ ਆ। ਜੇ ਤੁਸੀਂ ਐਡਜਰਮੈਂਟ ਲਿਆਓ, ਕਾਲ ਅਟੈਂਸ਼ਨ ਲਿਆਓ, ਕਿਸਾਨ ਦੀ ਕੁਰਕੀ ਦੀ ਗੱਲ ਕਰਨੀ ਚਾਹੋ ਤਾਂ ਤੁਹਾਡੀ ਆਵਾਜ਼ ਦਬਾ ਦਿੱਤੀ ਜਾਂਦੀ ਹੈ। 90,000 ਕਰੋੜ ਦਾ ਕਰਜ਼ਾ ਇਹਨਾਂ ਨੇ ਕਿਹਾ ਸੀ ਮਾਫ਼ ਹੋਊਗਾ ਕੋਆਪਰੇਟਿਵ ਬੈਂਕ ਦਾ, ਪ੍ਰਾਈਵੇਟ ਬੈਂਕਸ ਦਾ, ਅਤੇ ਆੜ੍ਹਤੀਆਂ ਦਾ, ਅਤੇ ਕਮਰਸ਼ਲ ਬੈਂਕਾਂ ਦਾ। ਅੱਜ ਤੱਕ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ 2% ਮਾਫ਼ੀ ਹੋਈ ਹੈ, ਜਦਕਿ ਕਿਸਾਨੀ ਦੇ ਸਿਰ 'ਤੇ ਇਹਨਾਂ ਨੇ 1,000 ਹੀ ਕਰੋੜ, ਕਦੇ RDF ਦੇ ਰੂਪ 'ਤੇ, ਕਦੇ ਮੰਡੀ ਫੀ ਦੀ ਰੂਪ 'ਚ, ਕਦੇ ਇਲੈਕਟ੍ਰੀਸਿਟੀ ਚਾਰਜਿਸ ਦੇ ਰੂਪ 'ਚ,
ਕਦੇ ਪੈਟਰੋਲੀਅਮ ਪ੍ਰੋਡਕਟਸ ਦੇ ਚਾਰਜਿਸ ਦੇ ਰੂਪ 'ਚ ਟੈਕਸ ਤਾਂ ਇਕੱਠਾ ਕਰ ਲਏ 10 ਗੁਣਾ, ਅਤੇ ਕਿਸਾਨ ਨੂੰ ਬਦਲੇ 'ਚ ਦਿੱਤਾ ਕੀ ਉਹਦੇ 'ਚੋਂ ਨੋਟ ਈਵਨ 1/3 ਹਿੱਸਾ। ਇਹ ਲੋਕ ਅੱਜ ਕਿਸਾਨ ਖੁਦਕੁਸ਼ੀ, 1000 ਤੋਂ ਵੱਧ ਕਿਸਾਨ ਖੁਦਕੁਸ਼ੀ ਕਰ ਗਏ। ਉਹ ਮੁੱਦਾ ਨਹੀਂ ਡਿਸਕਸ ਕਰਨ ਦਿੱਤੇ ਜਾ ਸਕਦੇ, ਕੁਰਕੀ ਨਹੀਂ ਤੁਸੀਂ ਡਿਸਕਸ ਕਰ ਸਕਦੇ, ਦਲਿਤ ਭਰਾਵਾਂ ਨੂੰ ਸਕਾਲਰਸ਼ਿਪ ਨਹੀਂ ਮਿਲ ਰਹੀ, ਸ਼ਗਨ ਆਈ ਨਹੀਂ, ਪੈਨਸ਼ਨ ਮਿਲ ਨਹੀਂ ਰਹੀ। ਜੇ ਦਲਿਤ ਭਰਾਵਾਂ ਦੀ ਸਕੀਮ ਦੀ ਗੱਲ ਕਰੋ, ਉਹ ਨਹੀਂ ਤੁਸੀਂ ਡਿਸਕਸ ਕਰ ਸਕਦੇ, ਬੈਕਵਰਡ ਕਲਾਸ ਦੀ ਗੱਲ ਕਰਨੀ ਹੈ ਉਹ ਨਹੀਂ ਕਰ ਸਕਦੇ। ਬੰਬ ਬਲਾਸਟ ਹੋ ਰਹੇ ਆ, ਇੰਡਸਟਰੀ ਇਨਵੈਸਟਮੈਂਟ ਆ ਨਹੀਂ ਰਹੀ, 5 ਲੱਖ ਕਹਿੰਦੇ ਨੌਕਰੀ ਦਿੱਤੀ ਹੈ, ਇੱਕ ਨੌਕਰੀ ਦੀ ਐਡ ਨਹੀਂ ਆਈ, ਉਹ ਡਿਸਕਸ ਨਹੀਂ ਕਰ ਸਕਦੇ। ਇੱਕ ਇੰਡੀਪੈਂਡੈਂਟ ਜਰਨਲਿਸਟ ਸੰਜੇ ਸੂਰੀ ਦੀ ਅੱਖੀ ਵੇਖੀ, ਜੋ ਉੱਥੇ ਉਹਨੇ ਹਾਲਾਤ ਦੱਸਿਆ ਰਕਾਬਗੰਜ ਸਾਹਿਬ, ਗੁਰਦੁਆਰਾ ਸਾਹਿਬ, ਉਹ ਡਿਸਕਸ ਕਰਨਾ ਚਾਹੋ ਉਹ ਨਹੀਂ ਕਰ ਸਕਦੇ। ਆਪਣੇ ਕਾਂਗਰਸ ਦੇ ਧਾਰਮਿਕ ਐਡਵਾਈਜ਼ਰ ਸਰਨਾ ਨੂੰ ਕਿਵੇਂ ਬਚਾਇਆ ਜਾ ਰਿਹਾ, 50 ਕਰੋੜ ਦਾ NGT ਨੇ ਫਾਈਨ ਕੀਤਾ, ਪਹਿਲਾਂ ਕਦੇ ਨਹੀਂ ਹੋਇਆ, 5 ਕਰੋੜ ਜੁਰਮਾਨਾ ਲੱਗਿਆ ਸੀ, ਅੱਜ ਆਪ ਮੰਨ ਗਏ ਕਿ 2 ਕਰੋੜ ਲਿਆ। ਜਾਕੀ ਜਿਹੜੀ ਸ਼ਰਤਾਂ ਲਾਈਆਂ ਸਨ ਕਿ ਜੀ ਵੋਲ ਬਣੂਗੀ, ਉਹ ਬਣਨਗੇ ਟੈਂਕਸ ਬਣਨਗੇ, ਫਿਰ ਇਹ ਡੀਸੀਲ ਕੀਤੀ ਜਾਊਗੀ, ਬਗੈਰ ਕਿ ਸਾਰੀ ਸ਼ਰਤਾਂ ਨੂੰ ਛਿੱਕੇ 'ਤੇ ਟੰਗ ਕੇ, ਕਿਉਂਕਿ ਸਰਨੇ ਦੀ ਮਦਦ ਕਰਨੀ ਸੀ, ਉਹ ਫੈਕਟਰੀ ਨੂੰ ਡੀਸੀਲ ਕਰਤਾ, ਫੈਕਟਰੀ ਚਲਾ ਦਿੱਤੀ ਗਈ, ਪੰਨੂ ਨੂੰ ਬਦਲਤਾ। ਸ਼ਾਇਦ ਮੈਂ ਸਮਝਦਾ ਸੋਨੀ ਸਾਹਿਬ ਕਾਰਵਾਈ ਕਰਨਾ ਚਾਹੁੰਦੇ ਸੀ, ਸੋਨੀ ਸਾਹਿਬ ਦਾ ਮਹਿਕਮਾ ਖੋਲਿਆ, ਇਹ ਹਾਲਾਤ ਤਾਂ ਬਣੇ ਪਏ ਆ। ਸੀਚੇਵਾਲ ਸਾਹਿਬ ਵਰਗੇ ਜਿਹੜੇ ਪਾਣੀ ਦੇ ਵਾਸਤੇ ਰਾਸ਼ਟਰਪਤੀ ਨੇ ਅਵਾਰਡ ਦਿੱਤਾ ਹੋਵੇ, ਉਹ ਲੜਾਈ ਲੜ ਰਹੇ ਆ, ਉਹਨਾਂ ਨੂੰ ਪੋਲਿਊਸ਼ਨ ਕੰਟਰੋਲ ਬੋਰਡ 'ਚ ਕੱਢਤਾ, ਸਿਰਫ ਅਤੇ ਸਿਰਫ ਕਾਂਗਰਸ ਦੇ ਧਾਰਮਿਕ ਐਡਵਾਈਜ਼ਰ ਸਰਨਾ ਦੇ ਪਰਿਵਾਰ ਦੀ ਮਦਦ ਕਰਨ ਵਾਸਤੇ। ਅਤੇ ਅੱਜ ਆਪ ਹੀ ਸਾਰੇ ਜਵਾਬਾਂ 'ਚ ਮੰਨੀ ਗਏ ਕਿ ਹਾਂ ਕੁਰਕੀ ਵੀ ਹੋ ਰਹੀ ਹੈ, ਅਤੇ ਇਹ ਵੀ ਮੰਨ ਲਿਆ ਕਿ ਪੰਨੂ ਵੀ ਜਿਹੜੇ ਉਦੋਂ ਦੇ ਮੈਂਬਰ PPCC ਵੀ ਉਹਨਾਂ ਨੂੰ ਗਲਤਾ, ਕਿ ਜਿਹੜੀ ਸ਼ਰਤਾਂ ਇਹਨਾਂ ਨੇ ਲਾਈਆਂ ਸੀ, ਫਾਈਨ 5 ਕਰੋੜ ਇਹਨਾਂ ਨੇ ਲਾਇਆ ਸੀ, ਉਹਦੇ 'ਚੋਂ ਪੈਸੇ ਨਹੀਂ ਲਏ, ਜਿਹੜੇ ਅਫਸਰ ਬਦਲਤੇ, ਇਹ ਸਾਰੀ ਚੀਜ਼ਾਂ ਜੋ ਪੰਜਾਬ ਦੇ ਅੱਜ ਹਾਲਾਤ ਬਣਾਏ ਜਾ ਰਹੇ ਆ, ਉਹਦੇ ਬਾਰੇ ਜੇ ਤੁਸੀਂ ਡਿਸਕਸ਼ਨ ਮੰਗੋ ਤਾਂ ਕਹਿੰਦੇ ਕਿ ਡਿਸਕਸ਼ਨ ਦੀ ਲੋੜ ਨਹੀਂ, ਕੋਈ ਬਿਜ਼ਨਸ ਦੀ ਲੋੜ ਨਹੀਂ। ਇੱਕ ਦਿਨ ਦਾ ਸੈਸ਼ਨ ਕਰਕੇ ਮਜ਼ਾਕ ਉਡਾਇਆ ਜਾ ਰਿਹਾ ਪੰਜਾਬ ਦੇ ਲੋਕਾਂ ਨਾਲ, ਪੰਜਾਬ ਦੀ ਕਿਸਾਨੀ ਨਾਲ, ਪੰਜਾਬ ਦੀ ਨੌਜਵਾਨ। ਸੁਖਬੀਰ ਸਿੰਘ ਜੀ ਬਾਦਲ ਨੇ ਤਨਖਾਹਾਂ ਵਧਣ ਦਾ ਸਪਸ਼ਟ ਕਹਿਤਾ ਕਿ ਪਹਿਲਾਂ ਕਰਜ਼ਾ ਮਾਫ ਕਰੋ ਕਿਸਾਨਾਂ ਦਾ, ਕਿਸਾਨਾਂ ਦੇ ਹਰ ਬੱਚੇ ਨੂੰ ਨੌਕਰੀ ਦਿਓ, ਤੁਸੀਂ ਦਲਿਤ ਭਰਾਵਾਂ ਦੀ ਜਿਹੜੀ SC ਸਕਾਲਰਸ਼ਿਪ ਰੋਕੀ ਆ ਉਹ ਦਿਓ, ਤੁਸੀਂ ਜਿਹੜੇ ਨੌਕਰੀ ਦੀ ਗੱਲ ਕੀਤੀ ਆ ਉਹ ਕਰੋ, ਬੈਕਵਰਡ ਕਲਾਸ ਦੀ ਸਹੂਲਤਾਂ ਦਿਓ, ਸ਼ਗਨ ਦਿਓ, ਪੈਨਸ਼ਨ ਦਿਓ, ਪੰਜਾਬ ਦੇ ਲੋਕਾਂ ਦੇ ਹਰ ਵਰਗ ਦੀ, ਖੇਤ ਮਜ਼ਦੂਰ ਦੀ ਪਹਿਲਾਂ ਸੁਣਵਾਈ ਕਰੋ, ਅਤੇ ਉਹ ਤੋਂ ਬਾਅਦ ਕੋਈ ਗੱਲ ਕਰੋ, ਅਸੀਂ ਇਸ ਗੱਲ ਦਾ ਵਿਰੋਧ ਕਰਦੇ। ਸਰ, ਇੱਕ ਨਵਜੋਤ ਸਿੰਘ ਸਿੱਧੂ ਨੇ ਜੋ CM ਕੋ ਜੋ ਤਿੱਤਰ ਦਿਆ ਥਾ ਉਸਕੋ ਲੇਕਰ ਹਰਿਆਣਾ ਸੇ ਇੱਕ ਜੋ ਵਾਈਲਡ ਲਾਈਫ ਐਕਟ ਹੈ ਉਸਕੇ ਅਕੋਰਡਿੰਗ ਜੋ ਹੈ ਨੋਟਿਸ ਹੋਇਆ ਹੈ, ਇਸਕੋ ਲੇਕਰ ਕਿਆ ਕਹਿਣਾ ਹੈ? ਮੈਨੂੰ ਤੁਸੀਂ ਸਵਾਲ ਕਰ ਰਹੇ ਹੋ ਅੱਜ ਅਖਬਾਰਾਂ 'ਚ, ਉਹ ਦੇਖੋ ਤਿੱਤਰ ਤਾਂ ਜਿਨ੍ਹਾਂ ਨੂੰ ਦਿੱਤਾ ਸੀ ਉਹਨਾਂ ਨੂੰ ਪਤਾ ਨਹੀਂ, ਪੰਜਾਬੀ 'ਚ ਕਹਿ ਦੇਣਾ ਤਿੱਤਰ ਹੋ ਜਾ ਇੱਥੋਂ, ਅਤੇ ਉਹਨਾਂ ਨੂੰ ਤਿੱਤਰ ਕਰਨਾ ਸੀ, ਉਹਨਾਂ ਨੇ ਮੁੜ ਇਹਨਾਂ ਨੂੰ ਮੋੜਤਾ ਵਾਪਸ। ਹੁਣ ਕਾਰਵਾਈ ਤਾਂ ਧਰਮਸੋਤ ਸਾਹਿਬ ਨੂੰ ਪੁੱਛੋ ਨਾ, ਜਿਹੜੇ ਵਾਈਲਡ ਲਾਈਫ ਦੇ ਮਿਨਿਸਟਰ ਨੇ, ਕਿ ਉਹ ਕਿਉਂ ਨਹੀਂ ਕਰਦੇ? ਕਿ ਆਮ ਆਦਮੀ ਲਈ ਕਾਨੂੰਨ ਹੋ ਰਿਹਾ, ਖਾਸ ਆਦਮੀ ਲਈ ਕਾਨੂੰਨ ਹੋ ਰਿਹਾ, ਇਹ ਧਰਮਸੋਤ ਸਾਹਿਬ ਦੱਸ ਸਕਦੇ ਆ? ਮੈਂ ਇਹਦੇ ਬਾਰੇ ਕੀ ਕਹਿ ਸਕਦਾ? ਥੈਂਕ ਯੂ, ਥੈਂਕ ਯੂ।